ਦੋਸਤੋ ਆਹ ਨਾ ਜੀ ਯੰਤਰ ਵਾਹੁਣ ਕਰਕੇ ਰਹਿਮਾਂ ਦੇ ਰੰਗ ਚਿੱਟੇ ਤੋਂ ਪੀਲਾ ਹੋ ਗਿਆ। ਅੱਜ ਅਸੀਂ ਇਹਦਾ ਕੋਸ਼ਿਸ਼ ਕਰ ਰਹੇ ਹਾਂ ਕਿ ਰੰਗ ਲਾਉਣ ਦੀ। ਰੰਗ ਚੜ੍ਹੇ ਨੂੰ ਹੋ ਗਏ 2 ਸਾਲ ਅਤੇ ਲੈ ਨਹੀਂ ਰਿਹਾ ਸੀ। ਅੱਜ ਅਸੀਂ ਇੱਕ ਨਵਾਂ ਤਜਰਬਾ ਕੀਤਾ, ਇਹਦੇ ਅਸੀਂ ਨਾ ਹਾਰਪਿਕ ਲੈ ਲਿਆ। ਹਾਰਪਿਕ ਨਾਲ ਅਸੀਂ ਅੱਜ ਇਹਨੂੰ ਸਾਫ਼ ਕਰ ਰਹੇ ਹਾਂ। ਕੋਸ਼ਿਸ਼ ਕੀਤੀ ਆ ਕਿ ਹਾਰਪਿਕ ਨਾਲ ਕਾਫ਼ੀ ਹੱਦ ਤੱਕ ਚਿੱਟਾ ਰੰਗ ਪਹਿਲਾਂ ਵਾਲੀ ਸ਼ੇਪ 'ਚ ਆ ਰਿਹਾ। ਆਹ ਦੇਖੋ, ਇਹ ਤਾਂ ਅਜੇ ਥੋੜ੍ਹਾ ਜਿਹਾ ਕੋਟ ਮਾਰ ਕੇ ਦੇਖਿਆ ਸੀ ਪਹਿਲਾਂ, ਸਾਨੂੰ ਰਿਜ਼ਲਟ ਇਹਦਾ ਵਧੀਆ ਨਿਕਲਿਆ। ਜੇਕਰ ਕਿਸੇ ਵੀਰ ਦੇ ਰੰਗ ਰਿੰਮ ਇਸ ਤਰ੍ਹਾਂ ਪੀਲੇ ਪੈ ਜਾਣ ਚਿੱਟੇ ਤੋਂ, ਤਾਂ ਹਾਰਪਿਕ ਜਿਹੜਾ ਆਪਾਂ ਯੂਜ਼ ਕਰਦੇ ਹਾਂ ਘਰਾਂ 'ਚ, ਉਹ ਲੈ ਕੇ ਬੁਰਸ਼ ਨਾਲ ਮਾਰ ਦਿਉ, ਬਾਅਦ 'ਚ ਉੱਤੋਂ ਉਹਨੂੰ ਸਾਫ਼ ਕਰ ਦਿਉ। ਬਹੁਤ ਵਧੀਆ ਰਿਜ਼ਲਟ ਹੈ ਇਹਦਾ ਹਾਰਪਿਕ ਦਾ। ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ। ਇਸ ਤਰ੍ਹਾਂ ਦੀ ਵੀਡੀਓ ਅਸੀਂ ਹੋਰ ਬਣਾਉਂਦੇ ਰਹਾਂਗੇ। ਧੰਨਵਾਦ ਜੀ।